ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਦੇ ਹਾਂ ਜੀ ਭਾਨਾ ਸਿੱਧੂ ਦੇ ਬਾਰੇ 'ਚ। ਅਤੇ ਭਾਨਾ ਸਿੱਧੂ ਜਿਨ੍ਹਾਂ ਦਾ ਮਾਮਲਾ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਛਾਇਆ ਹੋਇਆ, ਅਤੇ ਦੋਸਤੋ ਵੱਡੇ ਵੱਡੇ ਇਕੱਠ ਵੀ ਭਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਕੀਤੇ ਜਾ ਰਹੇ ਨੇ। ਉੱਥੇ ਹੀ ਤੁਹਾਨੂੰ ਦੱਸ ਦਈਏ ਇੱਕ ਖਬਰ ਆਈ ਹੈ ਮਿਊਜ਼ਿਕ ਇੰਡਸਟਰੀ ਤੋਂ, ਜਿੱਥੇ ਕਿ ਦੋਸਤੋ ਪੰਜਾਬੀ ਸਿੰਗਰ ਸਿਮਰ ਦੁਰਾਹਾ ਨੇ ਇੱਕ ਸਪੋਰਟ ਕੀਤੀ ਹੈ ਭਾਨਾ ਸਿੱਧੂ ਦੀ, ਜਿੱਥੇ ਕਿ ਉਹਨਾਂ ਨੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਅਤੇ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਆਪਣੀ ਪੁਰਾਣੀ ਤਸਵੀਰ, ਇੱਕ ਪੁਰਾਣੀ ਸਟੋਰੀ ਇੰਸਟਾਗ੍ਰਾਮ ਦੀ ਸ਼ੇਅਰ ਕੀਤੀ, ਜਿੱਥੇ ਉਹ ਭਾਨਾ ਸਿੱਧੂ ਦੇ ਨਾਲ ਬੈਠੇ ਹੋਏ ਦਿਖਾਈ ਦੇ ਰਹੇ ਨੇ। ਅਤੇ ਇਸ ਸਟੋਰੀ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇੱਕ ਪੋਸਟ ਪਾਉਂਦਿਆਂ ਹੋਇਆ ਵੀ ਭਾਨਾ ਸਿੱਧੂ ਦੀ ਸਪੋਰਟ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਲਿਖੀਆਂ ਨੇ। ਬਾਕੀ ਤੁਸੀਂ ਇਹ ਸਾਰੀਆਂ ਹੀ ਗੱਲਾਂ ਬਾਤਾਂ ਜਿਹੜੀਆਂ ਸਕਰੀਨ ਦੇ ਉੱਤੇ ਪੜ੍ਹ ਵੀ ਸਕਦੇ ਹੋ। ਅਤੇ ਅੱਗੇ ਵੱਧਦੇ ਹੋਏ ਗੱਲ ਕਰਾਂਗੇ ਲੱਖਾ ਸਿਧਾਣਾ ਦੇ ਬਾਰੇ 'ਚ। ਅਤੇ ਲੱਖਾ ਸਿਧਾਣਾ ਦੀ ਗੱਲ ਕਰੀਏ ਤਾਂ ਦੋਸਤੋ, ਲੱਖਾ ਸਿਧਾਣਾ ਅੱਜ ਕੱਲ੍ਹ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੀ ਯਾਤਰਾ ਕੱਢ ਰਹੇ ਨੇ, ਅਤੇ ਇਸੇ ਦੇ ਦਰਮਿਆਨ ਬਹੁਤ ਸਾਰੇ ਲੋਕ, ਬਹੁਤ ਸਾਰੇ ਨੌਜਵਾਨ ਲੱਖਾ ਸਿਧਾਣਾ ਨੂੰ ਸਵਾਲ ਜਵਾਬ ਵੀ ਜਿਹੜੇ ਕਰਦੇ ਹੀ ਰਹਿੰਦੇ ਨੇ। ਅਤੇ ਦੋਸਤੋ ਇੱਕ ਵੀਡੀਓ ਹੈ ਜਿਹੜੀ ਲੱਖਾ ਸਿਧਾਣਾ ਦੇ ਵੱਲੋਂ ਹੀ ਸ਼ੇਅਰ ਕੀਤੀ ਗਈ, ਜਿੱਥੇ ਇੱਕ ਨੌਜਵਾਨ ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰ ਰਿਹਾ, ਆਓ ਦੇਖਦੇ ਹਾਂ। ਸਾਡੇ ਦੋ ਤਿੰਨ ਸਾਥੀ ਖੋਲੇ ਹਨਾ, ਮਤਲਬ ਸੰਦੀਪ ਨੰਗਲ ਅੰਬੀਆਂ ਸਾਡਾ, ਦੀਪ ਸਿੱਧੂ ਤੇ ਮੂਸੇ ਵਾਲਾ, ਉਹਦਾ ਦੁੱਖ ਅੱਜ ਵੀ ਮੈਨੂੰ ਹੈਗਾ, ਮੈਂ ਗੱਲ ਕਰਦੇ ਝਲਕਦਾ ਬਾਈ, ਸੇਫਟੀ ਰੱਖਿਆ ਥੋੜੀ ਜਿਹੀ ਸਾਡੀ। ਦੇਖਾ ਇੱਕ ਮਿੰਟ ਬਾਈ, ਇੱਕ ਮਿੰਟ ਗੱਲ ਬਾਈ, ਲੱਖੇ ਇੱਕ ਮਿੰਟ ਗੱਲ ਪੁੱਛ, ਮੈਂ ਤੈਨੂੰ ਮਿਲਣਾ ਸੀ ਵੈਸੇ, ਮਤਲਬ ਸਵਾਬ ਚਲਾ ਚ ਬਣ ਗਿਆ। ਸੇਫਟੀ ਇਹ ਹੈ ਦੇਖਾ ਯਾਰ, ਮੌਤ ਸਭ ਦੀ ਆਉਣੀ ਹੈ ਨਾ, ਵੀ ਯਾਰ ਸਾਡੀ ਮਤਲਬ ਕਲਮ ਵੀ ਵਾਗੀ, ਸਾਡੀ ਸੋਚ ਵੀ ਵਾਗੀ ਹੈ ਨਾ, ਸਾਡੀ ਸਾਥੀ ਵੀ ਵਾਗੀ, ਸਾਡੀ ਬੋਲੀ ਰਹਿੰਦੀ ਹੈ ਬਾਈ ਤੇਰੇ ਸਰ, ਤੁਸੀਂ ਬੋਲੀ ਦੇਖਦੇ ਆ। ਅਸੀਂ ਪਾਰਟੀ ਨਾਲ ਕਿਸੇ ਨਾਲ ਵੀ, ਮੈਂ ਵੀ ਝਾੜੂ ਦਾ ਬੰਦਾ ਹਨਾ, ਖਾਸ ਬੰਦਾ ਯਾਰ, ਪਰ ਅਸੀਂ ਇਹ ਚਾਹੁੰਦੇ ਹਾਂ ਵੀ ਬਾਈ ਬਣ ਕੇ ਸੇਫਟੀ ਰੱਖਿਆ ਕਰੋ ਥੋੜ੍ਹੀ ਯਾਰ, ਭਰਾ ਬਣ ਕੇ ਯਾਰ, ਵੀ ਐਂ ਵੀ ਯਾਰ ਤੈਨੂੰ ਕੁਛ ਹੋ ਗਿਆ, ਇੱਕ ਭਾਨਾ ਸਿੱਧੂ ਆ ਯਾਰ ਹਨਾ, ਵੀ ਸੇਫਟੀ ਰੱਖਿਆ ਕਰੋ ਬੜਾ ਯਾਰ। ਅਤੇ ਆਓ ਹੁਣ ਗੱਲ ਕਰ ਲੈਂਦੇ ਜੀ ਬੱਬੂ ਮਾਨ ਹੋਰਾਂ ਦੇ ਬਾਰੇ 'ਚ। ਅਤੇ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਦੋਸਤੋ, ਬਹੁਤ ਵਾਰ ਦੇਖਿਆ ਜਾਂਦਾ ਕਿ ਆਪਣੇ ਗਾਣਿਆਂ ਦੇ ਰਾਹੀਂ, ਆਪਣੀਆਂ ਗੱਲਾਂ ਬਾਤਾਂ ਦੇ ਰਾਹੀਂ ਉਹ ਪੰਜਾਬ ਦੇ ਮੁੱਦਿਆਂ ਦਾ ਜ਼ਿਕਰ ਕਰਦੇ ਹੀ ਰਹਿੰਦੇ ਨੇ। ਅਤੇ ਦੋਸਤੋ ਹੁਣ ਇੱਕ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਮਾਨ ਸਾਹਿਬ ਦੀ, ਜਿਹੜੀ ਕਿ ਬਠਿੰਡੇ ਲਾਈਵ ਸ਼ੋਅ ਦੀ ਹੈ। ਅਤੇ ਇਸ ਵੀਡੀਓ ਦੇ ਵਿੱਚ ਉਹ ਅੱਜ ਦੇ ਸਮੇਂ ਦੀ ਅਸਲੀਅਤ ਹੈ ਜਿਹੜੀ ਆਪਣੇ ਇੱਕ ਗਾਣੇ ਦੇ ਰਾਹੀਂ ਪਰੋ ਕੇ ਗਾਉਂਦੇ ਹੋਏ ਨਜ਼ਰ ਆਏ ਨੇ, ਅਤੇ ਕੀ ਕੁਝ ਆਖ ਰਹੇ ਨੇ ਮਾਨ ਸਾਹਿਬ, ਆਓ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਜੀ ਉਹਨਾਂ ਦੀ ਇਹ ਵੀਡੀਓ। ਭੱਜ ਚੜਨ ਜਾਗੇ ਮੁੰਡਾ ਕੁੜੀ ਦੌੜ ਗਏ ਘਰ ਤੋਂ, ਹੁਣ ਨੀ ਵੱਜਦੇ ਵਾਜੇ, ਮਾਪੇ ਦੇਖੋ ਫਿਰ ਨਿਕ ਚਿਹਰੀ ਕਰਦੇ ਫਿਰਦੇ ਕੱਟਣੀ, ਸ਼ਹਿਰ ਬਠਿੰਡਾ ਚੰਡੀਗੜ੍ਹ ਤੋਂ ਕੱਟਣੀ। ਸੋ ਦੋਸਤੋ ਇਹ ਸੀ ਅੱਜ ਦੀ ਪੂਰੀ ਵੀਡੀਓ 'ਤੇ ਗੱਲਾਂ ਬਾਤਾਂ। ਇਹਨਾਂ ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ, ਅਤੇ ਹੋਰ ਤਾਜ਼ਾ ਅਪਡੇਟਸ ਇਸੇ ਹੀ ਤਰ੍ਹਾਂ ਦੇਖਦੇ ਰਹਿਣ ਦੇ ਲਈ ਅਰਬਨ ਪੇਂਡੂ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।